ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਕਿੱਦਾਂ ਸਾਰੇ ਆਈ ਹੋਪ ਸਭ ਠੀਕ ਹੋਣਗੇ। ਮੈਂ ਤੁਹਾਡਾ ਸਵਾਗਤ ਕਰਦਾ ਇੱਕ ਵਾਰੀ ਫਿਰ ਸਾਡੇ ਇਸ ਨਵੇਂ ਯੂਟਿਊਬ ਚੈਨਲ 'ਤੇ। ਅਤੇ ਅੱਜ ਅਸੀਂ ਨਵਾਂ ਟੋਪਿਕ ਲੈ ਕੇ ਆਏ ਹਾਂ, ਰਿਹਾਇਸ਼ੀ ਸਰਟੀਫਿਕੇਟ ਪੰਜਾਬ ਦਾ ਕਿੱਦਾਂ ਅਪਲਾਈ ਕਰਨਾ ਹੈ ਅਤੇ ਕਿੱਦਾਂ ਬਣਵਾਉਣਾ ਹੈ, ਕੀ ਹੋਊਗਾ ਇਹਦੇ ਵਿੱਚ, ਕੀ ਕੀ ਡਿਫੀਕਲਟੀ ਆਉਂਦੀ ਹੈ, ਸਾਰੇ ਸਟੈਪ ਬਾਏ ਸਟੈਪ ਪ੍ਰੋਸੈਸ ਦੱਸਾਂਗੇ। ਫਾਰਮ ਭਰਨ ਤੋਂ ਲੈ ਕੇ ਸਰਟੀਫਿਕੇਟ ਬਣਨ ਤੱਕ ਜੋ ਵੀ ਪ੍ਰੋਸੈਸ ਹੁੰਦਾ ਹੈ ਸਭ ਦੱਸਾਂਗੇ। ਅਤੇ ਜਿੱਦਾਂ ਮੈਂ ਬਣਵਾਇਆ ਸੀਗਾ ਅਤੇ ਉਹਦੇ ਵਿੱਚ ਕੀ ਕੀ ਮੈਨੂੰ ਦਿੱਕਤ ਆਈ, ਮੈਂ ਸਭ ਸ਼ੇਅਰ ਕਰੂੰਗਾ ਤੁਹਾਡੇ ਨਾਲ। ਅਤੇ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਰਿਹਾਇਸ਼ੀ ਸਰਟੀਫਿਕੇਟ ਜਿਹੜਾ ਹੈ ਪੰਜਾਬ ਦਾ ਅੱਜ ਕੱਲ੍ਹ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜੇ ਗੌਰਮੈਂਟ ਦੇ ਇਗਜ਼ਾਮ ਹੋ ਰਹੇ ਆ ਅਤੇ ਉਹਨਾਂ ਦੇ ਵਿੱਚ ਪੰਜਾਬ ਦਾ ਡੋਮੀਸਾਈਲ ਜ਼ਰੂਰੀ ਮੰਗਦੇ ਆ ਉਹ। ਅਤੇ ਆਪਣੇ ਜਿੱਦਾਂ ਆਪਾਂ ਕੋਈ EWS ਵਗੈਰਾ ਦਾ ਜਾਂ ਫਿਰ SCBC ਕਾਰਡ ਦਾ ਕਾਸਟ ਦਾ ਬੈਨੀਫਿਟ ਲੈ ਰਹੇ ਹਾਂ ਤਾਂ ਉਹਦੇ ਵਾਸ ਜਦੋਂ ਫਿਰ ਫਾਈਨਲ DV ਹੁੰਦਾ ਹੈ, ਡਾਕੂਮੈਂਟ ਵੈਰੀਫਿਕੇਸ਼ਨ, ਉਹਦੇ ਵਿੱਚ ਇਹਦੀ ਖਾਸ ਲੋੜ ਪੈਂਦੀ ਹੈ ਤਾਂ ਇਸ ਕਰਕੇ ਇਹਨੂੰ ਬਣਾਉਣਾ ਜ਼ਰੂਰੀ ਹੈ। ਤਾਂ ਇਹਨੂੰ ਆਪਾਂ ਕਿੱਦਾਂ ਅਪਲਾਈ ਕਰਨਾ ਅਤੇ ਕਿੱਥੋਂ ਅਪਲਾਈ ਕਰਨਾ, ਮੇਨ ਗੱਲ ਤਾਂ ਇਹੀ ਆਉਂਦੀ ਹੈ। ਇਹਨੂੰ ਅਪਲਾਈ ਕਰਨ ਲਈ ਆਪਾਂ ਨੂੰ ਸੁਵਿਧਾ ਸੈਂਟਰ ਹੀ ਜਾਣਾ ਪੈਣਾ। ਇਹਦੇ ਫੋਰਮਸ ਔਨਲਾਈਨ ਅਵੇਲੇਬਲ ਤਾਂ ਹੈਗੇ ਆ, ਬਟ ਉਹ ਇੰਨੇ ਮਤਲਬ ਸਹੀ ਨਹੀਂ ਹੈਗੇ। ਜਿੱਦਾਂ ਮੈਂ ਹੁਣ ਇੱਥੇ ਦੇਖ ਰਿਹਾ ਸੀਗਾ ਰੈਜੀਡੈਂਸ ਸਰਟੀਫਿਕੇਟ, ਜਿੱਦਾਂ ਉਹੀ ਸਾਈਟ ਹੈ punjab.gov.in/forms, ਇਹਦੇ ਵਿੱਚ ਪਰਸਨਲ ਡਿਪਾਰਟਮੈਂਟ ਦੇ ਅੰਡਰ ਨਾ ਰੈਜੀਡੈਂਸ ਸਰਟੀਫਿਕੇਟ ਕਰਕੇ PDF ਹੈ, ਇਹਨੂੰ ਡਾਊਨਲੋਡ ਕਰੋਗੇ ਤਾਂ PDF ਖੁੱਲਦਾ, ਜਿਹਦੇ ਵਿੱਚ 6 ਤੋਂ 7 ਪੇਜ ਨੇ। ਇਹਦੇ ਵਿੱਚ ਫਸਟ, ਸੈਕਿੰਡ, ਥਰਡ ਪੇਜ, ਮਤਲਬ ਪੇਜ ਤਾਂ ਸਾਰੇ ਠੀਕ ਹੀ ਨੇ, ਇੱਕ ਕੋਲਮ ਇਹਦੇ ਵਿੱਚ ਮਿਸਿੰਗ ਹੈ। ਜਿਵੇਂ ਇੱਥੇ ਜਿਹੜਾ ਰਿਪੋਰਟ ਪਟਵਾਰੀ ਹੈ ਨਾ, ਇਦੋਂ ਪਹਿਲਾਂ ਇੱਥੇ ਜਿੱਦਾਂ ਤੁਸੀਂ ਸਰਪੰਚ ਜਾਂ MC ਦਾ ਇੱਕ ਕੋਲਮ ਬਣਿਆ ਹੁੰਦਾ ਹੈ ਵੀ ਉਹਦੇ ਥਰੂ ਵੀ ਅਟੈਸਟ ਹੁੰਦਾ ਨਾ, ਅਤੇ ਉਹ ਇਹਦੇ ਵਿੱਚ ਮਿਸਿੰਗ ਹੈ, ਉਹ ਜਾਂ ਤਾਂ ਤੁਹਾਨੂੰ ਖੁਦ ਇੱਥੇ ਭਰਨਾ ਪਵੇਗਾ ਅਤੇ ਜਾਂ ਫਿਰ ਕਈ ਵਾਰ ਸੁਵਿਧਾ ਸੈਂਟਰ ਵਾਲੇ ਮਨਾ ਵੀ ਕਰ ਸਕਦੇ ਆ, ਸੇਵਾ ਕੇਂਦਰ ਵਾਲੇ। ਅਤੇ ਤਾਂ ਕਰਕੇ ਬੈਸਟ ਆਪਸ਼ਨ ਹੈ ਕਿ ਤੁਸੀਂ ਉੱਥੋਂ ਹੀ ਫੋਰਮ ਲਿਆਓ ਇਹ ਵਾਲਾ, ਅਤੇ ਉਹ ਦੇ ਦਿੰਦੇ 10 ਕੁ ਰੁਪਏ ਦਾ ਫੋਰਮ ਦਿੰਦੇ ਆ, 10 ਕੁ ਰੁਪਏ ਦਾ ਫੋਰਮ ਦਿੰਦੇ ਆ, ਉਹ ਉੱਥੋਂ ਲੈ ਲਓ ਅਤੇ ਉਹਦੇ ਬਾਅਦ ਇਹਨੂੰ ਆਪਾਂ ਭਰ ਸਕਦੇ ਹਾਂ। ਇਹਨੂੰ ਬਣਨ ਲਈ ਕਰੀਬ 15 ਦਿਨ ਤੋਂ ਲੈ ਕੇ ਮਹੀਨਾ ਤੱਕ ਲੱਗ ਜਾਂਦਾ ਹੈ। ਅਜੇ ਕੋਵਿਡ ਕਰਕੇ ਵੈਸੇ ਵੀ ਕੰਮ ਸਾਰਾ ਸਲੋ ਹੀ ਹੋ ਰਿਹਾ, ਤਾਂ ਤੁਸੀਂ ਮਹੀਨਾ ਮੰਨ ਕੇ ਚੱਲੋ ਵੀ ਮਹੀਨੇ ਦੇ ਅੰਦਰ ਅੰਦਰ ਫਾਰਮ ਆਪਣਾ ਮਤਲਬ ਇਹ ਸਰਟੀਫਿਕੇਟ ਜਿਹੜਾ ਉਹ ਰੈਡੀ ਹੋ ਜਾਂਦਾ ਹੈ। ਇਹ ਕੋਸਟ ਇਹਦੀ ਪੈਂਦੀ ਹੈ ਕਰੀਬ 50 ਕੁ ਰੁਪਈਏ, ਜਦੋਂ ਆਪਾਂ ਅਪਲਾਈ ਕਰਦੇ ਹਾਂ ਉਦੋਂ 50 ਲੈਂਦੇ ਨੇ ਅਪਲਾਈ ਕਰਨ ਦੇ ਟਾਈਮ, ਅਤੇ ਉਸ ਤੋਂ ਬਾਅਦ ਜਦੋਂ ਸਰਟੀਫਿਕੇਟ ਬਣ ਕੇ ਆ ਜਾਂਦਾ ਤਾਂ ਉਦੋਂ ਸਰਟੀਫਿਕੇਟ ਦੇਣ ਕੱਢਣ ਦਾ ਉੱਥੋਂ ਪ੍ਰਿੰਟਰ ਦੇ ਥਰੂ 50 ਰੁਪਏ ਉਹ ਲੈਂਦੇ ਆ। ਵੈਸੇ ਜਾਣੀ ਆਪਾਂ ਕਹਿ ਸਕਦੇ ਹਾਂ 20-100 ਕੁ ਰੁਪਏ ਦਾ ਖਰਚਾ ਹੈ, ਜ਼ਿਆਦਾ ਕੁਛ ਨਹੀਂ ਹੈ। ਇਹਨੂੰ ਮੇਨ ਇਹਦਾ ਹੁੰਦਾ ਵੀ ਫਾਰਮ ਭਰਨ ਦਾ, ਕਿਉਂਕਿ ਫਾਰਮ ਭਰਨਾ ਇਹਨੂੰ ਸਹੀ ਜ਼ਰੂਰੀ ਹੈ, ਕਿਉਂਕਿ ਇਹਦੇ ਵਿੱਚ ਜਿਹੜਾ ਉਹ ਸਰਪੰਚ ਵਾਲਾ ਫਾਰਮ ਹੈ ਨਾ, ਉਹ ਸਰਪੰਚ ਅਤੇ MC ਦੇ ਜਿੱਥੇ ਸਟੈਂਪ ਸਾਈਨ ਹੁੰਦੇ ਆ, ਪਟਵਾਰੀ ਦੇ ਹੁੰਦੇ ਆ, ਤਾਂ ਕਰਕੇ ਇਹਨੂੰ ਵਾਰ ਵਾਰ ਗੇੜੇ ਨਾ ਲੱਗਣ ਤੁਹਾਡੇ, ਤਾਂ ਕਰਕੇ ਇੱਕ ਵਾਰੀ ਸਹੀ ਫੋਰਮ ਭਰ ਲਓ। ਫੋਰਮ ਇਹਦਾ ਭਰਨ ਦਾ ਇੱਥੇ ਸੈਂਪਲ ਮੈਂ ਥੋੜ੍ਹੇ ਜਿਹੇ ਰੱਖੇ ਆ, ਜਿੱਦਾਂ ਮੈਂ ਭਰਿਆ ਸੀਗਾ। ਇਹ ਆਪਣੇ ਫਸਟ ਪੇਜ ਹੈ ਇਹਦਾ, ਇਹਦੇ ਵਿੱਚ ਤੁਸੀਂ ਇੱਥੋਂ ਸ਼ੁਰੂ ਕਰਨਾ ਹੈ, ਪਰਸਨਲ ਡਾਟਾ ਆਫ ਬੈਨੀਫਿਸ਼ਰੀ, ਬਸ ਉੱਪਰਲਾ ਸਾਰਾ ਛੱਡ ਦੇਣਾ, ਇਹ ਨਹੀਂ ਭਰਨਾ। ਇਹ ਉੱਥੇ ਜੇ ਕਹਿਣਗੇ ਤਾਂ ਭਰ ਦੇਣਾ, ਕਈ ਵਾਰ ਉੱਥੇ ਮਨਾ ਕਰਦੇ ਆ, ਕਿਉਂਕਿ ਮੇਰਾ ਪਹਿਲੀ ਵਾਰ ਫਾਰਮੂਲਾ ਰਿਜੈਕਟ ਕਰਤਾ ਸੀ, ਇਹ ਨਹੀਂ ਭਰਨਾ ਸੀਗਾ, ਇਹ ਉਸੇ ਦੀ ਕਾਪੀ ਹੈ, ਤਾਂ ਇਹਨੂੰ ਛੱਡ ਦਿਓ। ਇਹ ਉੱਥੇ ਉਹਨਾਂ ਨੂੰ ਕਹਿ ਕੇ ਉਹਨੂੰ ਜੇ ਕਹਿਣਗੇ ਤਾਂ ਫਿਰ ਭਰਨਾ ਹੈ। ਇਹਦੇ ਵਿੱਚ ਬੇਸਿਕਲੀ ਹੁੰਦਾ ਵੀ ਫਾਰਮ ਭਰ ਕੌਣ ਰਿਹਾ ਹੈ, ਜਿਵੇਂ ਇਹਦੇ ਬਿਨਾਂ ਘਰ ਦਾ ਲਾਭਪਾਤਰ ਨਾਲ ਰਿਸ਼ਤਾ ਇਹ ਸਭ ਦਿੱਤਾ ਹੋਇਆ, ਇਹ 3 ਖਾਨੇ ਹੈ, ਉੱਥੇ ਜਾ ਕੇ ਭਰ ਸਕਦੇ ਹਾਂ ਆਪਾਂ। ਉਸ ਤੋਂ ਬਾਅਦ ਇੱਥੇ ਪਰਸਨਲ ਡਾਟਾ ਆਫ ਬੈਨੀਫਿਸ਼ਰੀ ਆਉਣਾ ਹੈ ਜੋ ਅਪਲਾਈ ਕਰ ਰਿਹਾ ਫੋਰਮ, ਜਿਵੇਂ ਇੱਥੇ ਨਾਮ ਆ ਜਾਏਗਾ, ਡੇਟ ਆਫ ਬਰਥ, ਉਸ ਤੋਂ ਬਾਅਦ ਪਲੇਸ ਆਫ ਬਰਥ, ਫਿਰ ਪਿਤਾ ਦਾ ਨਾਮ, ਮਾਤਾ ਦਾ ਨਾਮ, ਅਤੇ ਐਡਰੈਸ ਹੋ ਗਿਆ, ਉਸ ਤੋਂ ਬਾਅਦ ਜਿਹੜੇ ਫੋਨ ਨੰਬਰ ਅਤੇ ਮੇਲ ID, ਅਤੇ ਨਾਲ ਜਿਹੜੇ ਜਿਹੜੇ ਆਪਾਂ ਪਰੂਫ ਲਗਾ ਰਹੇ ਹਾਂ ਜਿੱਦਾਂ ਵੋਟਰ ਕਾਰਡ ਅਤੇ ਆਧਾਰ ਕਾਰਡ, ਉਹਨਾਂ ਦੇ ਨੰਬਰ ਇੱਥੇ ਐਡ ਕਰਨੇ ਆ। ਸੈਕਿੰਡ ਪੇਜ ਤਾਂ ਇੱਦਾਂ ਦਾ ਹੁੰਦਾ, ਇਹਦੇ ਵਿੱਚ ਲਿਖਿਆ ਹੁੰਦਾ ਵੀ ਆਪਾਂ ਇੰਡੀਆ ਦੇ ਵਿੱਚ ਰਹਿ ਰਹੇ ਹਾਂ ਕਰੀਬ 6 ਮਹੀਨੇ ਤੋਂ ਜਾਂ ਉਸ ਤੋਂ ਜ਼ਿਆਦਾ, ਤਾਂ ਬਸ ਇੱਥੇ ਸਾਈਨ ਕਰਨੇ ਆ, ਇਹਦੇ 'ਚ ਕੁਛ ਭਰਨਾ ਨਹੀਂ ਹੈਗਾ। ਅਤੇ ਥਰਡ ਫੋਰਮ ਹੈਗਾ ਇਹਦਾ ਸਵੈ ਘੋਸ਼ਣਾ ਪੱਤਰ, ਸੈਲਫ ਡੈਕਲਰੇਸ਼ਨ, ਇਹਦੇ ਵਿੱਚ ਉੱਪਰ ਬਸ ਉਹੀ ਨਾਮ ਵਗੈਰਾ ਭਰਨਾ, ਨਾਮ, ਪਿਤਾ ਦਾ ਨਾਮ ਅਤੇ ਐਡਰੈਸ, ਅਤੇ ਦੋ ਜਗ੍ਹਾ ਆਪਣੇ ਸਾਈਨ ਕਰਨੇ ਅਤੇ ਡੇਟ ਪਾਉਣੀ ਹੈ। ਉਸ ਤੋਂ ਬਾਅਦ ਜਿਹੜਾ ਮੇਨ ਪੇਜ ਇਹਦਾ ਹੈ, ਫੋਰਥ ਪੇਜ ਇਹ ਵਾਲਾ, ਇਹਦੇ ਵਿੱਚ ਆਪਣਾ ਨਾਮ, ਪਿਤਾ ਦਾ ਨਾਮ, ਐਡਰੈਸ, ਅਤੇ ਇੱਥੇ 5th ਨੰਬਰ ਹੈ ਕਿ ਜਨਮ ਦਾ ਸਥਾਨ, ਜੇ ਆਪਾਂ ਕਿੰਨੇ ਟਾਈਮ ਤੋਂ ਰਹਿ ਰਹੇ ਹਾਂ ਤਾਂ ਉਹ 5 ਸਾਲ ਤੋਂ ਪੁਰਾਣਾ ਹੋਣਾ ਚਾਹੀਦਾ, ਤਾਂ ਤੁਸੀਂ 6-7 ਸਾਲ ਜਿੰਨਾ ਵੀ ਪਾ ਸਕਦੇ ਹੋ ਪਾ ਦਿਓ।
उस तो बाद यह दो बंदे सरपंच राही भरिया जाता है तो यह पटवारी राही। यह जो सरपंच वाला कॉलम है ये विच एक खाली रखना है तुम जो सरपंच को साइन अटैस्ट कराने जाओगे इनू तो जो कहूगा तो खुद भर लियो तुम नहीं तो वह आप ही भर लेंद है। तो यह पटवारी वाला तो खुद ही भरेगा ये अपना नाम पाएगा अपने जो पटवारी मतलब तस्दीक कर रहा है उस तो बाद अपना नाम पाएगा जिसका फॉर्म है पिता का नाम एड्रेस तो वो किन्ने टाइम तो उत्थे रह रहे हैं ये सब उत्थे भरिया जाता है पटवारी के द्वारा। तो उस तो बाद पटवारी अपने साइन करता है इस नाल फॉर्म रेडी हो जाता है 4 पेजा का। मेरे को मेरे तो 4 ही पेज का फॉर्म लगे सीगा मैं सुविधा सेंटर तो लिया फॉर्म है तो तुम भी ले सकते हो उतो तो इन अप्लाई कर सकते हो। ये फॉर्म जो सबमिट कराने तो बाद उत्थे अपनी लाइव फोटो होंगी है वह उत्थी होंगी है तो उस टाइम वो फीस भी लेंगे। उस तो बाद एंड ते रेजिडेंस सर्टिफिकेट पंजाब जो देख ही रहे हो मैं सैंपल मेरा जो लगाया हुआ है इदा का कुछ बन के आ जाता है इतने डेट ऑफ इशुएंस लिखी हुई है तो अपने सिग्नेचर ऑफ नायब तहसीलदार यह सेवा केंद्र स्टैंप साइन इस तरह फॉर्म रेडी हो जाता है। तो यह कोई एक ब्रीफ वेरवा ज़्यादा थोड़ा टाइम ना खराब करते हुए थोड़ा दसता कि रेजिडेंस सर्टिफिकेट कितना अप्लाई करना है कितों करना है। तो इस वीडियो में सिर्फ इन्ना ही तो जेकर तुम अगे फ्यूचर में इदा ही सर्टिफिकेट जो कि अप्लाई करने मेन मेन या फिर जी गवर्नमेंट जॉब नोटिफिकेशन आदि रहा उन्होंने बारे अस इस वीडियो से अपडेट पाते रह उन्होंने बारे अस इस वीडियो बना के इस यूट्यूब पर अपडेट पाते रहेंगे तो तुम उन्होंने अपडेट्स लिए इस चैनल में जुड़ सकते हो इन सबसक्राइब कर सकते हो। तो जे किसी होर भी लोड़ है थोड़े यार दोस्त सर्कल में तो तुम इन सर्कुलेट कर सकते हो शेयर कर सकते हो। इस वीडियो सिर्फ इन्ना ही थैंक यू।